ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਹੈਗਾ ਵਾ ਐਤਵਾਰ ਦਾ ਦਿਨ, ਅਤੇ ਜਿਵੇਂ ਕਿ ਆਪਾਂ ਨੂੰ ਪਤਾ ਵੀ ਜੂਨ ਦਾ ਮਹੀਨਾ ਚੱਲ ਰਿਹਾ ਵਾ। ਸੋ ਬ੍ਰੈਂਪਟਨ ਦੇ ਵਿੱਚ ਜੂਨ ਦੇ ਮਹੀਨੇ ਵਿੱਚ 1984 ਦੇ 1984 ਦੇ ਸ਼ਹੀਦਾਂ ਨੂੰ ਸਮਰਪਿਤ ਇੱਕ ਨਗਰ ਕੀਰਤਨ ਕੱਢਿਆ ਜਾਂਦਾ ਉਹਨਾਂ ਦੀ ਯਾਦ ਦੇ ਵਿੱਚ। ਸੋ ਅੱਜ ਆਪਾਂ ਉੱਥੇ ਹੀ ਚੱਲੇ ਹਾਂ। ਪਹਿਲਾਂ ਮੇਰੇ ਤੋਂ ਮਾਲਟ ਨਾਲ ਤਾਂ ਮੈਂ ਗਿਆ ਸੀ, ਟੋਰੋਂਟੋ ਵਾਲੇ ਮੇਰੇ ਤੋਂ ਨਗਰ ਕੀਰਤਨ 'ਤੇ ਜਾ ਨਹੀਂ ਹੋਇਆ ਸੀਗਾ, ਅੱਜ ਫ੍ਰੀ ਸੀਗੇ ਅਤੇ ਸੋਚਿਆ ਚਲੋ ਅੱਜ ਚੱਲਦੇ ਹਾਂ। ਅਸੀਂ ਤਿੰਨੇ ਜਾਣੇ ਜਾ ਰਹੇ ਹਾਂ ਅਤੇ ਚੌਥਾ ਸਾਡਾ ਇੱਕ ਹੋਰ ਆੜੀਆ ਨਵਾਂ, ਅਤੇ ਉਹਨੂੰ ਵੀ ਨਾਲ ਲੈ ਕੇ ਜਾਣਾ ਵਾ। ਮੌਸਮ ਕੱਲ੍ਹ ਤਾਂ ਸ਼ਾਮ ਜੀ ਨੂੰ ਮੀਂਹ ਵਾਲਾ ਹੋ ਗਿਆ ਸੀਗਾ, ਹੁਣ ਫਿਰ ਮੀਂਹ ਜਿਹੜਾ ਮੌਸਮ ਹੋਇਆ ਪਿਆ ਵਾ, ਬੱਦਲ ਜੇ ਹੋਏ ਪਏ ਨੇ ਕਾਫੀ ਜ਼ਿਆਦਾ। ਸਵੇਰੇ ਧੁੱਪ ਸੀਗੀ, ਫਿਰ ਇੱਕਦਮ ਬੱਦਲ ਹੋ ਗਏ। ਆਪਾਂ ਤਾਂ ਨਿਊਯੋਰਕ ਬਾਹਲੀ ਜ਼ਿਆਦਾ ਦੂਰ ਨਹੀਂ ਹੈਗਾ, ਉੱਥੇ ਮੈਚ ਚੱਲ ਰਿਹਾ ਵਾ, ਉੱਥੇ ਵੀ ਬੱਦਲ ਨੇ, ਉੱਥੇ ਵੀ ਮੀਂਹ ਕਰਕੇ ਮੈਚ ਰੁਕ ਜਾਂਦਾ ਵਾ। ਸੋ ਇਹ ਸਾਰਾ ਮਤਲਬ ਸਾਰੇ ਏਰੀਏ ਦੇ ਵਿੱਚ ਮੀਂਹ ਦੇ ਚਾਂਸਿਸ ਨੇ, ਅਤੇ ਉਹ ਮਹਿਕ ਉਹਨਾਂ ਨੇ ਤਾਂ ਛਤਰੀ ਅਤੇ ਆਹ ਪੌਂਚੋ ਜਿਹੇ ਲੈ ਲਏ ਜਿਹੜੇ ਉੱਤੋਂ 'ਚ ਪੈ ਜਾਂਦੇ ਹੁੰਦੇ ਨੇ, ਵੀ ਮੀਂਹ 'ਚ ਬੰਦਾ ਭਿੱਜਣ ਤੋਂ ਫਿਰ ਬਚ ਜਾਂਦਾ ਵਾ। ਇਹ ਜਿਹੜਾ ਨਗਰ ਕੀਰਤਨ ਹੈ ਚੱਲਣਾ ਪੀਟਰ ਰੋਬਰਟਸਨ ਦੇ ਜਿਹੜਾ ਗੁਰਦੁਆਰਾ ਸਾਹਿਬ ਆ, ਉਸ ਰੋਡ ਦਾ ਨਾਮ ਵੀ ਇਹਨਾਂ ਨੇ ਚੇਂਜ ਕਰਤਾ ਸੀ, ਗੁਰੂ ਨਾਨਕ ਰੋਡ ਕਰਤਾ ਸੀਗਾ, ਉੱਥੋਂ ਚੱਲਣਾ ਵਾ, ਅਤੇ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਸਨ ਪੈਕ 'ਤੇ ਉੱਥੇ ਜਾਣਾ ਵਾ। ਅਤੇ ਆ ਪਾਂਚੂ ਵੀ ਪਿਛਲੇ ਨਗਰ ਕੀਰਤਨ ਦਾ ਪਿਆ, ਟੋਰੋਂਟੋ ਵਾਲੇ ਦਾ ਲਾਸਟ ਈਅਰ ਸੀਗਾ ਜਿਹੜਾ, ਅਤੇ ਇਹ ਉਵੇਂ ਹੀ ਪਿਆ ਸੀਗਾ, ਅਤੇ ਅੱਜ ਮੈਂ ਸੋਚਿਆ ਨਾਲ ਲੈ ਚੱਲਦਿਆਂ ਇਨਕੇਸ ਜ਼ਰੂਰਤ ਪੈ ਗਈ ਤਾਂ। ਅਤੇ ਜਿਹੜਾ ਇਹ ਵਾਲਾ ਨਗਰ ਕੀਰਤਨ ਹੈ, ਮੇਰੇ ਖਿਆਲ 'ਚ ਜਦੋਂ ਮੈਂ ਕੈਨੇਡਾ ਆਇਆ ਉਹ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ, ਬਾਹਲੇ ਜ਼ਿਆਦਾ ਸਾਲ ਨਹੀਂ ਹੋਏ ਨਗਰ ਕੀਰਤਨ ਨੂੰ। ਅਤੇ ਉਹ ਉੱਦਾਂ ਬਾਕੀ ਨਗਰ ਕੀਰਤਨਾਂ ਨਾਲੋਂ ਇਹਦੇ 'ਤੇ ਸੰਗਤ ਘੱਟ ਹੁੰਦੀ ਹੈਗੀ, ਹਰੇਕ ਸਾਲ ਵੱਧਦੀ ਜਾਂਦੀ ਹੈ, ਪਰ ਹਰੇਕ ਸਾਲ ਵੱਧਦੀ ਜਾਂਦੀ ਜਿਉਂ ਜਿਉਂ ਲੋਕ ਪਤਾ ਲੱਗ ਰਿਹਾ, ਕਿਉਂਕਿ ਉਹ ਪੁਰਾਣੇ ਨਗਰ ਕੀਰਤਨ ਨੇ ਉਹਨਾਂ ਦੇ ਜ਼ਿਆਦਾ ਸੰਗਤ ਹੁੰਦੀ ਆ। ਮੇਨ ਨਗਰ ਕੀਰਤਨ ਨੇ ਜਿਹੜੇ ਉਹਨੇ, ਇਹ ਜਿਵੇਂ ਹੁਣ ਸਤੰਬਰ 'ਚ ਮਾਲਟ ਨੇ ਖੁਰ ਹੋਊਗਾ ਨਗਰ ਕੀਰਤਨ, ਪਹਿਲੇ ਜਾਂ ਦੂਜੇ ਹਫ਼ਤੇ ਆਉਂਦਾ ਹੁੰਦਾ, ਉਹ 'ਚ ਵੀ ਥੋੜ੍ਹੀ ਘੱਟ ਸੰਗਤ ਹੁੰਦੀ ਆ, ਉਹ ਫਿਰ ਸਰਕਲ ਵੀ ਛੋਟਾ ਜਿਹਾ ਹੁੰਦਾ। ਜਿੱਦਾਂ ਮਤਲਬ ਇਹਦੇ ਬਾਰੇ ਪਤਾ ਹੀ ਨਹੀਂ ਕਈ ਜਾਣੇ ਨੂੰ, ਜਿਵੇਂ ਆਂਟੀ ਨਾਲ ਮੈਂ ਗੱਲ ਕਰਦੀ ਸੀਗੀ, ਉਹ ਮੈਨੂੰ ਕਹਿੰਦੇ ਨਗਰ ਕੀਰਤਨ ਤੱਕ ਮੈਂ ਆ ਜਾਣਾ, ਮੈਨੂੰ ਲੱਗਿਆ ਕਿ ਐਸੇ ਦੀ ਗੱਲ ਕਰ ਰਹੇ ਹੈਗੇ, ਅਤੇ ਕਈਆਂ ਮਤਲਬ ਵੀ ਇਹ ਘੱਟ ਸੰਗਤ ਨੂੰ ਪਤਾ ਆ ਨਵਾਂ ਹੀ ਸ਼ੁਰੂ ਹੋਇਆ ਕਰਕੇ, ਤਾਂ ਕਰਕੇ ਸੰਗਤ ਘੱਟ ਹੁੰਦੀ ਆ। ਸਾਰੇ ਚੱਪਲਾਂ 'ਚ ਹੀ ਜਾ ਰਹੇ ਆ, ਪਹਿਲਾਂ ਮੈਂ ਟ੍ਰੈਂਡ ਸ਼ੁਰੂ ਕੀਤਾ ਚੱਪਲਾਂ 'ਚ ਜਾਣੇ ਦਾ, ਮੈਂ ਕਿਹਾ ਸਾਰੇ ਚੱਪਲਾਂ 'ਚ ਹੀ ਜਾ ਰਹੇ ਆ ਮੇਰੀ ਰੀਸ ਨਾਲ। ਮੈਂ ਹਮੇਸ਼ਾ ਚੱਪਲਾਂ 'ਚ ਹੀ ਜਾਂਦਾ ਜਿੰਨੀ ਵਾਰ। ਓ ਠੀਕ ਹੈ ਜੀ। ਮੈਂ ਤਾਂ ਵੈਸੇ ਕਿਹਾ ਸੀਗਾ, ਪਰ ਮੈਨੂੰ ਪਤਾ ਮੈਨੂੰ ਮਾਨ ਸਤਿਕਾਰ ਦਿੱਤਾ ਨਹੀਂ ਜਾਂਦਾ। ਆਪਾਂ ਪਹੁੰਚ ਗਏ ਜੋਤ ਪ੍ਰਕਾਸ਼, ਵੈਸੇ ਇੱਥੇ ਸਮਾਪਤੀ ਹੋਣੀ ਹੈਗੀ, ਅਤੇ ਪਰ ਜ਼ਿਆਦਾਤਰ ਸੰਗਤ ਇੱਧਰ ਹੀ ਪਹੁੰਚ ਜਾਂਦੀ ਆ, ਅਤੇ ਅਸੀਂ ਸਾਨੂੰ ਇਹੀ ਨੇੜੇ ਪੈਂਦਾ ਆ ਘਰ ਤੋਂ, ਫਿਰ ਅਸੀਂ ਇੱਧਰ ਹੀ ਆ ਗਏ। ਪੂਰੇ ਸ਼ਰਧਾਈ ਦਾ ਲੰਗਰ ਲੱਗਿਆ, ਪਰ ਇਹਨਾਂ ਨੂੰ ਨੋਟਸ ਲਿਖ ਕੇ ਲਾਉਣਾ ਪਿਆ ਕਿਉਂਕਿ ਕਈਆਂ ਨੂੰ ਐਲਰਜੀ ਹੁੰਦੀ ਹੈਗੀ ਬਦਾਮਾਂ ਕਾਜੂਆਂ ਤੋਂ, ਜਿਵੇਂ ਕਣਕ ਵਾਲੀ ਗਲੂਟਨ ਵਾਲੀ ਆ ਉਸ ਤਰੀਕੇ ਨਾਲ। ਅੰਗਦ ਹੋਣੀ ਵੀ ਆ ਗਏ, ਪਰ ਅੰਗਦ ਨਗਰ ਕੀਰਤਨ ਦੇ ਵੀ ਚਿਪਸ ਹੀ ਖਾ ਰਿਹਾ। ਅੰਗਦ ਚੀਜ਼ੀ ਖਾ ਲਾ, ਇੰਨੀਆਂ ਚੀਜ਼ੀਆਂ ਨੇ। ਉਹ ਹਾਂ ਅੱਜ ਮੈਂ ਯਾਦ ਕਰਦੀ ਹਾਂ। ਚਿਪਸ ਠੀਕ ਆ, ਚਿਪਸ ਖਾ ਲਾ, ਕਹਿੰਦਾ ਨੋ ਚਿਪਸ। ਮੀਂਹ ਆ, ਮੌਸਮ ਹੋ ਗਿਆ, ਮਤਲਬ ਮੀਂਹ ਆ ਰਿਹਾ ਆ, ਕਣੀਆਂ ਆ ਰਹੀਆਂ ਨੇ ਛੋਟੀਆਂ ਛੋਟੀਆਂ। ਅੰਗਦ ਦੀ ਹੁਣ ਬੱਸ ਹੋ ਗਈ, ਕਹਿੰਦਾ ਘਰੇ ਚੱਲੋ। ਉਧਰੋਂ ਸਿੰਘ ਸਾਹਿਬ ਕਹਿ ਰਹੇ ਹੈਗੇ ਇਹ ਦੋਨੇ ਚਾਚਾ ਭਤੀਜਾ ਘਰੇ ਜਾਣ ਨੂੰ ਤਿਆਰ ਹੋ ਗਏ। ਇਸ ਵਾਰ ਟਾਈਮ ਨਾਲ ਹੀ ਕਾਫੀ ਸੰਗਤ ਆ ਗਈ ਆ। ਮੀਂਹ ਆ ਜਾਂਦਾ ਜੀ ਵਿੱਚ ਵਿੱਚ, ਮਹਿਕ ਦੀ ਛਤਰੀ ਇਹ ਕਈ ਵਾਰ ਹਵਾ ਨਾਲ ਰੋੜ ਕੇ ਟੇਢੀ ਹੋ ਜਾਂਦੀ ਆ, ਪਰ ਇਕੱਲੀ ਇਹ ਨਹੀਂ ਹੈਗੀ, ਉਰੇ ਇੱਕ ਅੱਧੇ ਦੀ ਹੋਰ ਵੀ ਹੈ, ਕਾਫੀ ਜਾਣੇ ਤੁਸੀਂ ਦੇਖ ਸਕਦੇ ਹੋ ਛਤਰੀਆਂ ਲੈ ਕੇ ਆਏ ਹੋਏ ਨੇ। ਸੋ ਮੀਂਹ ਕਰਕੇ ਸਾਰੇ ਟੈਂਟਾਂ ਦੇ ਥੱਲੇ ਚਲੇ ਜਾਂਦੇ ਨੇ। ਮੀਂਹ ਆ ਗਿਆ, ਬਾਹਲੀ ਤੇਜ਼ ਆ ਗਿਆ।
ਤੇ ਇੱਧਰ ਸ਼ਰਧਾਈ ਤਿਆਰ ਹੋ ਰਹੀ ਹੈ ਲੰਗਰ ਲਈ ਤੇ ਲੱਗੇ ਹੋਏ ਨੇ ਵੀਰ ਹੋਣੀ ਸੇਵਾ ਕਰਨ ਤੇ ਬਾਹਰ ਮੀਂਹ ਪੈਣ ਲੱਗ ਗਿਆ ਮੀਂਹ ਬਹੁਤ ਤੇਜ਼ ਆ ਗਿਆ ਦੱਸਿਆ ਘੱਟ ਹੋਇਆ ਸੀ ਪਰ ਆਹ ਬਹੁਤ ਜ਼ਿਆਦਾ ਗਿਆ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਆਹ ਦੇਖ ਲਓ ਜੀ ਆਹ ਦੇਖ ਲਓ ਸਾਡਾ ਜਵਾਕ ਇਹ ਨਗਰ ਕੀਰਤਨ ਤੇ ਆ ਗਏ ਕੀ ਚਾਹੀਦਾ ਦੱਸੀ ਮੈਨੂੰ ਮੈਂ ਲਾ ਕੇ ਦਿੰਦੀ ਹਾਂ ਮੈਨੂੰ ਦੱਸੀ ਅੰਗਦ ਦੱਸੀ ਕੀ ਚਾਹੀਦਾ ਮੈਨੂੰ ਫਰੂਟੀ ਦੇਖ ਗਈ ਹੁਣ ਸਾਰੀਆਂ ਨੀ ਪੀਣੀਆਂ ਇੱਕ ਪੀ ਬਾਕੀ ਘਰੇ ਜਾ ਕੇ ਮੈਂ ਕਿਹਨੇ ਬਾਲੀ ਚੱਕ ਲਿਆ ਮੈਂ ਕਿਹਾ ਦੋ ਇਹ ਡਬਲ ਚੱਕ ਲਏ ਮੈਂ ਸੋਚਿਆ ਕਿ ਇਹਨਾਂ ਚ ਵੀ ਕੋਈ ਪੀ ਲੂਗਾ ਪੀਊਗਾ ਸਾਰੀਆਂ ਵਾਪਸੀ ਹੋ ਗਈ ਸਾਡੀ ਅਸੀਂ ਚੱਲੇ ਹਾਂ ਤੁਰ ਕੇ ਨੀ ਜਾਂਦਾ ਇਹ ਹੁਣ ਥੱਕ ਗਿਆ ਸਵੇਰ ਦਾ ਤੇ ਜੀ ਆਪਾਂ ਨਗਰ ਕੀਰਤਨ ਤੋਂ ਘਰ ਆ ਗਏ ਤੇ ਕਾਫੀ ਅਨਹੈਲਦੀ ਫੂਡ ਖਾ ਲਿਆ ਸੀਗਾ ਤਾਂ ਸੋਚਿਆ ਹੁਣ ਮੈਂ ਨਿੰਬੂ ਪਾਣੀ ਪੀ ਲਵਾਂ ਤੇ ਅਸੀਂ ਅੱਗੇ ਨਗਰ ਕੀਰਤਨ ਪੂਰਾ ਅਟੈਂਡ ਕਰਕੇ ਆਉਂਦੇ ਹੁੰਦੇ ਹਾਂਗੇ ਜਦੋਂ ਸੁੱਖ ਆਸਣ ਹੋ ਜਾਂਦਾ ਆ ਮਹਾਰਾਜ ਦਾ ਫਿਰ ਅਸੀਂ ਵਾਪਸ ਆਉਂਦੇ ਹੁੰਦੇ ਹਾਂ ਤੇ ਇਸ ਵਾਰ ਕੀ ਹੋਇਆ ਜਿਹੜਾ ਵੀਰ ਸਾਡੇ ਨਾਲ ਗਿਆ ਸੀਗਾ ਸਵੇਰੇ ਉਹਦੀ ਅੱਡੀ ਦੇ ਵਿੱਚ ਦਰਦ ਹੋਣ ਲੱਗ ਗਿਆ ਸੀਗਾ ਉਹਦੀ ਕਾਫੀ ਦਿਨਾਂ ਤੋਂ ਥੋੜ੍ਹੀ ਪੇਨ ਹੋ ਰਹੀ ਸੀ ਅੱਜ ਉਹਦੀ ਲੱਤ 'ਚ ਦਰਦ ਹੋਣ ਲੱਗ ਗਿਆ ਸੀਗਾ ਅਤੇ ਉਹ ਔਖਾ ਜਿਹਾ ਸੀਗਾ ਉਹ ਮਤਲਬ ਕਾਹਲੀ ਕਰ ਰਿਹਾ ਸੀਗਾ ਕਿ ਵਾਪਸ ਚੱਲੀਏ ਅਤੇ ਇੱਕ ਅੰਗਦ ਵੀ ਚਿੜਚਿੜਾ ਜਿਹਾ ਹੋ ਗਿਆ ਸੀਗਾ ਉਹ ਵੀ ਵਾਰੀ ਵਾਰੀ ਕਰ ਰਿਹਾ ਸੀ ਬੈਕ ਹੋਮ ਉਹ ਥੱਕ ਗਿਆ ਸੀਗਾ ਅਤੇ ਫਿਰ ਸੋਚਿਆ ਕਿ ਹੁਣ ਵਾਪਸ ਹੀ ਚੱਲਦੇ ਹਾਂ ਕਿਉਂਕਿ ਮੰਮੀ ਦੀ ਵੀ ਬੱਸ ਹੋ ਗਈ ਸੀ ਇੱਕ ਮੀਂਹ ਕਰਕੇ ਜ਼ਿਆਦਾ ਉਹ ਹੋ ਜਾਂਦਾ ਜਦੋਂ ਨੋਰਮਲ ਵੈਦਰ ਹੋਵੇ ਚਲੋ ਬੰਦਾ ਫਿਰ ਵੀ ਦਰਸ਼ਨ ਕਰ ਲੈਂਦਾ ਆ ਸਾਰਾ ਟਾਈਮ ਉੱਥੇ ਰਹਿ ਸਕਦਾ ਹੁੰਦਾ ਤੇ ਉਹਦੇ ਕਰਕੇ ਵੀ ਵਾਪਸ ਆ ਗਏ ਤੇ ਇੱਕ ਉਹ ਜਿਵੇਂ ਆਪਾਂ ਸਵੇਰੇ ਗੱਲ ਕਰਦੇ ਸੀਗੇ ਕਿ ਇਸ ਨਗਰ ਕੀਰਤਨ ਤੇ ਸੰਗਤ ਘੱਟ ਹੁੰਦੀ ਆ ਤੇ ਪਰ ਉਹ ਮਤਲਬ ਉਹੀ ਗੱਲ ਕਿ ਹਰ ਇੱਕ ਸਾਲ ਸੰਗਤ ਵੱਧਦੀ ਜਾਂਦੀ ਆ ਇਸ ਵਾਰ ਕਾਫੀ ਜ਼ਿਆਦਾ ਸੰਗਤ ਸੀਗੀ ਤੇ ਫਿਰ ਅਸੀਂ ਵਾਪਸ ਆ ਗਏ ਸੀਗੇ ਤੇ ਅਸੀਂ ਨਗਰ ਕੀਰਤਨ ਹਲੇ ਉੱਥੇ ਪਹੁੰਚਿਆ ਨਹੀਂ ਸੀਗਾ ਉਹਨੂੰ ਹਲੇ ਵੀ ਦੋ ਘੰਟੇ ਲੱਗਣੇ ਸੀਗੇ ਮਹਾਰਾਜ ਦਾ ਪ੍ਰਕਾਸ਼ ਉੱਥੇ ਉਹਨਾਂ ਨੇ ਹਾਲ 'ਚ ਕਰਤਾ ਸੀਗਾ ਆਪਾਂ ਉੱਥੇ ਹੀ ਦਰਸ਼ਨ ਕਰਕੇ ਵਾਪਸ ਆ ਗਏ ਤੇ ਵਧੀਆ ਰਿਹਾ ਜਿੱਦਾਂ ਵੀ ਸੀਗਾ ਕਾਫੀ ਜਾਣੇ ਮਿਲੇ ਉੱਥੇ ਮੌਸਮ ਬਹੁਤ ਠੰਡਾ ਸੀਗਾ ਅੱਜ ਹਾਂਜੀ ਇੰਨਾ ਠੰਡਾ ਸੀ ਪਹਿਲਾਂ ਲੋਕ ਕਹਿੰਦੇ ਵਧੀਆ ਠੰਡਾ ਫਿਰ ਕਹਿੰਦੇ ਹੁਣ ਯਾਰ ਠੰਡ ਲੱਗਣ ਲੱਗ ਗਈ ਕਾਫੀ ਫੈਮਿਲੀਜ਼ ਮਿਲੀਆਂ ਬਹੁਤ ਪਿਆਰ ਦਿੱਤਾ ਤੇ ਜਿਹੜਾ ਨਗਰ ਕੀਰਤਨ ਆ ਇਹ ਹੈਗਾ 84 ਦਾ ਜਿਹੜਾ 84 ਦਾ ਜਿਹੜਾ ਘੱਲੂਘਾਰਾ ਹੋਇਆ ਸੀਗਾ ਦਰਬਾਰ ਸਾਹਿਬ ਉੱਤੇ ਅਟੈਕ ਹੋਇਆ ਅਕਾਲ ਤਖ਼ਤ ਸਾਹਿਬ ਦੇ ਉੱਤੇ ਤੇ ਉਹਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾਂਦਾ ਆ ਕੈਨੇਡਾ ਦੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਉੱਦਮ ਕਰਕੇ ਕਿ ਕੋਈ ਵੀ ਉਹ ਹੁੰਦਾ ਕਿ ਸ਼ਹੀਦਾਂ ਨੂੰ ਤੁਸੀਂ ਯਾਦ ਕਰਦੇ ਰਹਿੰਦੇ ਤੁਹਾਡੀ ਜਿਹੜੇ ਕੌਮ ਹਰੇਕ ਕੌਮ ਆਪਣਾ ਜਿਹੜਾ ਇਤਿਹਾਸ ਆ ਯਾਦ ਰੱਖਦੀ ਹੈਗੀ ਫਿਰ ਤਾਂ ਹੀ ਉਹ ਕੌਮਾਂ ਅੱਗੇ ਵੱਧ ਪਾਉਂਦੀਆਂ ਨੇ ਆਪਣੇ ਸ਼ਹੀਦਾਂ ਨੂੰ ਇਹ ਯਾਦ ਰੱਖਦੀਆਂ ਨੇ ਤੇ ਵੈਸੇ ਮਤਲਬ ਜਿਵੇਂ 6 ਜੂਨ ਤੱਕ ਜ਼ਿਆਦਾਤਰ ਜਿਹੜੇ ਉਹ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ ਪਰ ਉਦੋਂ ਬਾਅਦ ਵਿੱਚ ਵੀ ਉਹ ਪ੍ਰੋਸੈਸ ਕਾਫੀ ਲੰਬਾ ਚੱਲਦਾ ਰਿਹਾ ਆ ਤੇ ਜਿਹੜਾ ਦਿਨ ਮਤਲਬ ਇੱਥੇ ਮੋਸਟਲੀ ਐਵੇਂ ਹੁੰਦਾ ਕਿ ਨਗਰ ਕੀਰਤਨਾਂ ਦੇ ਲਈ ਨਗਰ ਕੀਰਤਨ ਜਦੋਂ ਵੀ ਕੱਢਣਾ ਹੋਵੇ ਸੰਡੇ ਵਾਲਾ ਦਿਨ ਰੱਖਿਆ ਜਾਂਦਾ ਆ ਕਿਉਂਕਿ ਸਾਰਿਆਂ ਦੇ ਕੰਮ ਕਾਜ ਹੁੰਦੇ ਹੈਗੇ ਤੇ ਕਾਫੀ ਜਾਣੇ ਮਿਲੇ ਉੱਥੇ ਕਾਫੀ ਫੈਮਿਲੀਆਂ ਮਿਲੀਆਂ ਬਹੁਤ ਪਿਆਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਮੰਮੀ ਹੋਣਾ ਨੂੰ ਵੀ ਸਤਿ ਸ਼੍ਰੀ ਅਕਾਲ ਕਰਿਓ
ਤੇ ਮੰਮੀ ਹੋਣਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਉਹਨਾਂ ਦੀ ਵੀਡੀਓ 'ਚ ਹੀ ਕਰ ਦਿੰਦੇ ਹੈਗੇ ਅਤੇ ਉਹ ਪੁੱਛਦੇ ਰਹਿੰਦੇ ਆ ਕਿ ਰਾਜਦੀਪ ਮਨਰਾਜ ਤੁਹਾਡੇ ਵੀਡੀਓ 'ਚ ਨਹੀਂ ਆਉਂਦੇ ਹੈਗੇ ਅਤੇ ਕਾਫੀ ਜਣੇ ਹੋਰ ਵੀ ਕਮੈਂਟ ਕਰਦੇ ਹੁੰਦੇ ਹੈਗੇ ਅਤੇ ਉਹਦਾ ਰੀਜ਼ਨ ਇਹ ਆ ਜੀ ਹੁਣ ਉਹ ਵੱਡੇ ਹੋ ਗਏ ਵੀਡੀਓ ਰਾਜਦੀਪ ਜਾਂ ਮਨਰਾਜ ਹੀ ਬਣਾ ਰਹੇ ਹੁੰਦੇ ਹੈਗੇ ਕੈਮਰਾ ਉਹਨਾਂ ਨਹੀਂ ਫੜਿਆ ਹੁੰਦਾ ਅਤੇ ਪਰ ਹੁਣ ਉਹ ਵੀਡੀਓ 'ਚ ਵੱਡੇ ਹੋ ਗਏ ਕਰਕੇ ਹੁਣ ਥੋੜ੍ਹਾ ਜਿਹਾ ਉਹ ਮਤਲਬ ਸ਼ਰਮ ਜੀ ਬੱਚਾ ਜਿਵੇਂ ਵੱਡਾ ਹੋ ਜਾਂਦਾ ਉਦੋਂ ਸ਼ਾਈ ਜੀ ਫੀਲ ਕਰਦਾ ਤਾਂ ਉਹਨਾਂ ਦਾ ਉਹੀ ਸਿਸਟਮ ਜਿਹਾ ਹੋ ਗਿਆ ਹੁਣ ਉਹ ਹਜੇ ਕੈਮਰੇ ਮੂਹਰੇ ਨਹੀਂ ਆਉਣਾ ਪਸੰਦ ਕਰਦੇ ਅਤੇ ਆਪਣੇ ਭੂਆ ਜੀ ਵੀ ਆਪਾਂ ਨੂੰ ਮਿਲ ਗਏ ਸੀਗੇ ਜਦੋਂ ਅਸੀਂ ਗਏ ਉੱਥੇ ਭੂਆ ਜੀ ਆਪਣੀਆਂ ਫਰੈਂਡਸ ਨਾਲ ਆਏ ਹੋਏ ਸੀਗੇ ਗੁਆਂਢਣਾਂ ਸੀ ਸ਼ਾਇਦ ਭੂਆ ਜੀ ਦੀਆਂ ਮੈਂ ਤਾਂ ਉਹਨਾਂ ਨੂੰ ਪਹਿਲੀ ਵਾਰ ਹੀ ਮਿਲੀ ਸੀਗੀ ਅਤੇ ਪਰ ਭੂਆ ਜੀ ਕਹਿੰਦੇ ਕਿ ਸ਼ਰਮ ਦੀਦੀ ਤਾਂ ਉਹਨਾਂ ਨੂੰ ਮਿਲਦੇ ਰਹੇ ਆ ਕਿ ਜਦੋਂ ਇਹ ਇੱਥੇ ਰਹਿੰਦੇ ਹੁੰਦੇ ਸੀ ਮੇਰੇ ਕੋਵਿਡ ਦੇ ਵਿੱਚ ਫਿਰ ਭੂਆ ਨੇ ਮੇਰੀ ਕਲਾਸ ਲਾ ਤੀ ਦੋ ਕਮੈਂਟ ਲਾਈ ਫਿਰ ਕਹਿੰਦੇ ਕੋਈ ਨਹੀਂ ਠੀਕ ਆ ਜਾ ਅਤੇ ਇੱਕ ਹੋਰ ਮਾੜੀ ਜਿਹੀ ਗੱਲ ਸੀਗੀ ਵੀ ਕਹਿੰਦੇ ਰੈਕਸਟੇਲ ਵਾਲਾ ਜਿੱਦਣ ਨਗਰ ਕੀਰਤਨ ਸੀ ਆਪਣਾ ਮਾਲਟਨ ਵਾਲਾ ਉੱਦਣ ਕਹਿੰਦੇ ਵੀ ਸਿਟੀ ਵਾਲਿਆਂ ਨੇ $2,00,000 ਦੀਆਂ ਪਾਰਕਿੰਗ ਟਿਕਟਸ ਲਾਈਆਂ ਨੇ ਅਤੇ ਅੱਜ ਵੀ ਉੱਥੇ ਰੈਂਡਮਲੀ ਘਾਹ 'ਤੇ ਕਿਤੇ ਵੀ ਮਾੜਾ ਜਿਹਾ ਦੂਰ ਲਾ ਕੇ ਆਪਾਂ ਤੁਰ ਕੇ ਵੀ ਆ ਸਕਦੇ ਹਾਂ ਗੱਡੀ ਕਿਤੇ ਉੱਥੇ ਜ਼ਿਆਦਾਤਰ ਇੱਧਰ ਗੁਰਦੁਆਰਾ ਸਾਹਿਬ ਦੇ ਨੇੜੇ ਤੇ ਇੰਡਸਟਰੀਅਲ ਏਰੀਆ ਹੀ ਆ ਉੱਥੇ ਅੱਜ ਪਾਰਕਿੰਗ ਖਾਲੀ ਹੀ ਸੀਗੀਆਂ ਜੇ ਥੋੜ੍ਹਾ ਦੂਰ ਲਾ ਕੇ ਤੁਰ ਕੇ ਆ ਜਾਈਏ ਉਹ ਘਾਹ 'ਤੇ ਹੀ ਲਾ ਦੇਣੀ ਸੜਕ 'ਤੇ ਹੀ ਲਾ ਦੇਣੀ ਕਿਤੇ ਵੀ ਰੈਂਡਮ ਥਾਂ 'ਤੇ ਲਾ ਦੇਣੀ ਉਹਦੇ ਨਾਲ ਟ੍ਰੈਫਿਕ ਵੀ ਜਾਮ ਹੁੰਦੀ ਆ ਤੁਰਨੇ ਵਾਲਿਆਂ ਨੂੰ ਵੀ ਔਖਾ ਹੁੰਦਾ ਉੱਦਾਂ ਵੀ ਘਾਹ ਮਰਦਾ ਉੱਥੇ ਉਹ ਵਧੀਆ ਚੀਜ਼ ਨਹੀਂ ਲੱਗਦੀ ਇੱਕ ਤਰ੍ਹਾਂ ਨਾਲ ਪ੍ਰੋਪਰਟੀ ਡੈਮੇਜ ਹੋ ਜਾਂਦੀ ਆ ਸੋ ਉਹ ਚੀਜ਼ ਦਾ ਥੋੜ੍ਹਾ ਖਿਆਲ ਰੱਖਿਆ ਕਰੋ ਵੀ ਕੋਈ ਨਾ ਥੋੜ੍ਹਾ ਜਿਹਾ ਤੁਰ ਕੇ ਆ ਜਾਓ ਪਾਰਕਿੰਗ ਦੂਰ ਲੱਗ ਜਾਊਗੀ ਬੰਦਾ 5-10 ਮਿੰਟ ਤੁਰ ਕੇ ਆਜੂਗਾ ਪਰ ਉਹ ਚੀਜ਼ ਜ਼ਰੂਰ ਧਿਆਨ ਚ ਰੱਖਣੀ ਚਾਹੀਦੀ ਹੈ ਪੈਸੇ ਉਹ ਘੱਟ ਵੱਧ ਹੋ ਸਕਦੇ ਆ ਕਿਉਂਕਿ ਸਾਨੂੰ ਵੀ ਅੱਗੇ ਦੀ ਅੱਗੇ ਹਾਂ ਵੀ ਐਮਓਟੀ ਜਲ ਇਹ ਆ ਵੀ ਮੇ ਆ ਵੀ ਬਹੁਤ ਟਿਕਟਾਂ ਲੱਗੀਆਂ ਹਾਂ ਮੇ ਤੇ ਮੇਨ ਗੱਲ ਇਹ ਵੀ ਆ ਕਿ ਮਤਲਬ ਜਿਹੜੇ ਵੀ ਸਿਟੀ ਦੇ ਰੂਲ ਆ ਉਹ ਫਾਲੋ ਕਰਨੇ ਚਾਹੀਦੇ ਆਗੇ ਕਿਉਂਕਿ ਅੱਗੇ ਵੀ ਨਗਰ ਕੀਰਤਨ ਹੋਣੇ ਹੁੰਦੇ ਆ ਆਪਣੀ ਕਮਿਊਨਿਟੀ ਦਾ ਵੀ ਮੈਸੇਜ ਆਂਦਾ ਆ ਕਿ ਜੇ ਵਧੀਆ ਤਰੀਕੇ ਨਾਲ ਆਪਾਂ ਸਾਰੇ ਹੈਲਪ ਕਰਾਂਗੇ ਕਮੇਟੀਆਂ ਦੀ ਵੀ ਗੁਰਦੁਆਰਾ ਕਮੇਟੀਆਂ ਦੀ ਤਾਂ ਵਧੀਆ ਚੀਜ਼ ਹੁੰਦੀ ਆ ਇਹ ਹੁਣ ਪ੍ਰਬੰਧਕਾਂ ਦਾ ਵੀ ਕਸੂਰ ਨਹੀਂ ਹੈਗਾ ਇਹ ਹਰੇਕ ਬੰਦੇ ਨੂੰ ਆਪ ਹੀ ਚਾਹੀਦਾ ਕਿ ਮੈਂ ਆਪਣੀ ਥਾਂ ਤੇ ਗੱਡੀ ਲਾਵਾਂ ਹੁਣ ਉਹੀ ਹੈ ਕਿ ਸਾਰੇ ਮਤਲਬ ਹੈਗੇ ਤਾਂ ਆਪਾਂ ਇੱਕ ਕਮਿਊਨਿਟੀ ਨੂੰ ਬਿਲੋਂਗ ਕਰਦੇ ਆਂ ਜੇ ਸਾਰਿਆਂ ਦਾ ਫਰਜ਼ ਬਣਦਾ ਉਹ ਪਿਛਲੀ ਵਾਰ ਮੈਂ ਜਦੋਂ ਮਾਲਟਨ ਨਗਰ ਕੀਰਤਨ ਸੀਗਾ ਉਦੋਂ ਮੈਂ ਦੇਖਿਆ ਸੀਗਾ ਉਹ ਮਤਲਬ ਇਕੱਲੇ ਇਕੱਲੇ ਜਿਹੜੇ ਵੀ ਸਟੇਜ ਤੇ ਜਿੰਨਿਆਂ ਕੋਲ ਵੀ ਅਥਾਰਟੀ ਸੀਗੀ ਸਾਰੇ ਅਨਾਊਂਸਮੈਂਟ ਕਰ ਰਹੇ ਸੀਗੇ ਕਿ ਪਾਰਕਿੰਗ ਦਾ ਧਿਆਨ ਰੱਖੋ ਕੋਈ ਵੀ ਪ੍ਰੋਪਰਟੀ ਡੈਮੇਜ ਨਾ ਹੋਵੇ ਧਿਆਨ ਨਾਲ ਵੀ ਤੁਰੋ ਜਾਂ ਆਪਣੀ ਪਾਰਕ ਵੀ ਗੱਡੀਆਂ ਸਹੀ ਕਰੋ ਉਹਨਾਂ ਨੇ ਪਹਿਲਾਂ ਵੀ ਅਨਾਊਂਸਮੈਂਟ ਵੀਡੀਓ ਪਾ ਕੇ ਈਵਨ ਕਿ ਦੱਸਿਆ ਸੀਗਾ ਪਰ ਫਿਰ ਵੀ ਗੱਲ ਮੰਨਦੇ ਨਹੀਂ ਹੈਗੇ ਪਤਾ ਨਹੀਂ ਕਿਉਂ ਐਵੇਂ ਕਰਦੇ ਹੈਗੇ ਕਿਉਂਕਿ ਉਹ ਫਿਰ ਮਤਲਬ ਉਹਨਾਂ 'ਤੇ ਵੀ ਐਕਸ਼ਨ ਆਉਂਦਾ ਆ ਅਤੇ ਫਿਰ ਉਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆ ਅਤੇ ਚਲੋ ਜੀ ਇੰਨੀ ਕੁ ਅੱਜ ਦੀ ਵੀਡੀਓ ਸੀਗੀ ਅਤੇ ਇੱਥੇ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ